बहुत सारे पाथवे प्रोग्राम किस तरह ਦੇ ਨਾਲ ਭਾਜੀ ਮਿਨੀਮਮ ਰਿਕੁਆਇਰਮੈਂਟ ਦਾ ਗੈਪ ਵਾਲਿਆਂ ਦੇ ਕਿੰਨੇ ਗੈਪ ਚ ਚੱਲ ਜਾਂਦਾ ਇੱਥੇ ਜੇ ਤਾਂ ਤੁਹਾਡਾ 10-15 ਸਾਲ ਦਾ ਗੈਪ ਹੈ ਤੁਸੀਂ ਸਿੰਗਾਪੁਰ ਸਾਈਪ੍ਰਸ ਹੈ ਉਧਰ ਅਪਲਾਈ ਕਰ ਸਕਦੇ ਹੋ ਮੌਰੀਸ਼ਸ ਅਪਲਾਈ ਕਰ ਸਕਦੇ ਹੋ ਇਹ ਸਾਰੀ ਕੰਟਰੀਆਂ ਦੇ ਪਾਥਵੇ ਵਾਲੀ ਆ ਸਿੰਗਾਪੁਰ ਤੋਂ ਪਾਥਵੇ ਤੋਂ ਲੈਣਾ ਥੋੜਾ ਡਿਫਿਕਲਟ ਹੈ ਕਿਉਂਕਿ ਉਹਦੇ ਵਿੱਚ ਤੁਹਾਡਾ ਕੋਰਸ ਉਹ ਹੋਣਾ ਚਾਹੀਦਾ ਜਿੰਦਾ ਸਿੱਧਾ ਟਾਈ ਅਪ ਅੱਗੇ ਆਸਟ੍ਰੇਲੀਆ ਦੇ ਵਿੱਚ ਹੋਏ ਅਦਰਵਾਇਜ਼ ਆਪਾਂ ਦੂਜੀ ਗੱਲ ਕਰੀਸ਼ੀਅਸ ਦੀ ਜਾਂ ਫਿਰ ਰਸ਼ੀਆ ਦੀ ਉਹਨਾਂ ਦਾ ਪਾਥਵੇ ਲੈਣਾ ਜ਼ਿਆਦਾ ਈਜ਼ੀ ਹੈ ਕੰਪੇਅਰ ਟੂ ਸਿੰਗਾਪੁਰ ਇਹਦੇ ਵਿੱਚ 10 ਤੋਂ 15 ਸਾਲ ਤੱਕ ਦੇ ਗੈਪ ਵਾਲੇ ਬੱਚੇ ਜਾ ਸਕਦੇ ਨੇ ਉਧਰ ਹੀ ਜੇ ਤੁਹਾਡਾ 2-4 ਸਾਲ ਤੱਕ ਦਾ ਗੈਪ ਹੈ ਤੁਸੀਂ ਆਪਣੀ ਫਾਈਲ ਯੂਕੇ ਜਾਂ ਫਿਰ ਯੂਐਸਏ ਲਗਾ ਸਕਦੇ ਹੋ ਕਿਉਂਕਿ ਯੂਐਸਏ ਜਾਦੇ ਗੈਪ ਵਾਲਾ ਅਪਲਾਈ ਤਾਂ ਕਰ ਸਕਦਾ ਪਰ ਉਹਦਾ ਵੀਜ਼ਾ ਲੈਣਾ ਟਫ ਹੈ ਕਿਉਂਕਿ ਜਿਹੜੇ ਬੰਦੇ ਨੂੰ ਸਟੱਡੀ ਛੱਡੇ ਨੂੰ 8-8 10-10 ਸਾਲ ਹੋ ਗਏ ਉਹਦੇ ਵਾਸਤੇ ਇੰਟਰਵਿਊ ਫੇਸ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਉਹਨੂੰ ਦੁਬਾਰ ਤੋਂ ਆਪਣੀ ਸਟੱਡੀ ਬਾਰੇ ਇੰਟਰਵਿਊ ਦੇਣਾ ਗੱਲਾਂ ਦੱਸਣੀਆਂ ਕਾਫੀ ਡਿਫਿਕਲਟ ਹੈ ਤਾਂ ਕਰਕੇ ਯੂਐਸਏ ਤੇ ਯੂਕੇ ਉਹ ਬੱਚਾ ਅਪਲਾਈ ਕਰੇ ਜਿੰਦਾ 2 ਤੋਂ 4 ਸਾਲ ਤੱਕ ਦਾ ਗੈਪ ਹੈ ਉਸ ਤੋਂ ਬਾਅਦ ਜੇ ਤੁਹਾਡਾ ਗੈਪ ਹੈ ਤੁਸੀਂ ਹਮੇਸ਼ਾ ਯੂਐਸਏ ਤੇ ਯੂਕੇ ਰਸ਼ੀਆ ਸ਼ੈਲੇਂਜ ਸਾਈਕਲ ਅਪਲਾਈ ਕਰੋ ਬਿਲਕੁਲ ਬਹੁਤ ਹੀ ਧਿਆਨ ਦੇ ਨਾਲ ਜਿਹੜਾ ਹੈ ਆਪਣਾ ਸਟੱਡੀ ਵੀਜ਼ਾ ਹੈ ਜਿਹੜਾ ਅਪਲਾਈ ਕਰ ਸਕਦੇ ਹੋ ਤੁਸੀਂ ਭਾਜੀ ਤੁਸੀਂ ਹੁਣ ਗੱਲ ਕੀਤੀ ਹੈ ਜਿਵੇਂ ਸਾਈਪ੍ਰਸ ਦੀ ਹੈ ਨਾ ਸਾਈਪ੍ਰਸ ਦੇ ਲਈ ਆਈਲੈਂਡਸ ਦਾ ਵੀਜ਼ਾ ਰਿਕੁਆਇਰਮੈਂਟ ਨਹੀਂ ਹੋਏਗਾ ਨਹੀਂ ਬਿਲਕੁਲ ਜੀ ਸਾਈਪ੍ਰਸ ਵਾਸਤੇ ਆਈਐਸਪੀਟੀ ਦੀ ਰਿਕੁਆਇਰਮੈਂਟ ਹੈਗੀ ਹੈ ਪੀਟੀ ਦੀ ਆਪਾਂ ਗੱਲ ਕਰੀਏ 43 ਸਕੋਰ ਤੇ ਆਈਐਸ ਦੀ ਗੱਲ ਕਰੀਏ 4.5 ਬੈਂਡ ਮਿਨੀਮਮ ਰਿਕੁਆਇਰਡ ਹੈ ਪਰ ਸਾਡੇ ਕੋਲ ਕਾਫੀ ਕੋਰਸ ਉਹ ਵੀ ਨੇ ਜਿਹੜੇ ਇਹਨਾਂ ਤੋਂ ਬਿਨਾਂ ਵੀ ਬੱਚੇ ਨੂੰ ਐਕਸੈਪਟ ਕਰਦੇ ਨੇ ਤੁਸੀਂ ਅਪਲਾਈ ਕਰ ਲਓ ਸਾਡੇ ਕੋਲ ਕਾਲਜ ਦੀ ਗੱਲ ਕਰੀਏ ਸੀਐਸ ਕਾਲਜ ਸਾਡੇ ਕੋਲ ਸੀਡੀਏ ਕਾਲਜ ਹੈਗਾ ਸਾਡੇ ਕੋਲ ਯੂਕਲੈਂਡ ਯੂਨੀਵਰਸਿਟੀ ਹੈ ਕੋਥਮ ਕਾਲਜ ਹੈ ਲੈਡਰਾ ਹੋ ਗਿਆ ਇੰਟਰਨੈਪਾ ਹੋ ਗਿਆ ਇਹ ਸਾਰੇ ਕਾਲਜ ਇਹੋ ਜਿਹੇ ਨੇ ਜਿਹਦੇ ਵਿੱਚ ਤੁਸੀਂ ਵਿਦਆਊਟ ਆਈਐਸਸੀ ਪ੍ਰੋਸੀਡ ਕਰ ਸਕਦੇ ਹੋ ਸਟਿਲ ਜਿਵੇਂ ਕੈਨੇਡਾ ਨੇ ਕੈਪਿੰਗ ਕੀਤੀ ਹੈ ਉਵੇਂ ਹੀ ਸਾਈਪ੍ਰਸ ਦੇ ਵਿੱਚ ਵੀ ਸਿੱਟਾਂ ਦੀ ਕੁਝ ਕਮੀ ਹੈ ਤਾਂ ਇੱਕ ਅਲੋਟਮੈਂਟ ਕਰਤੀ ਕਿ ਹੁਣ ਕੋਈ ਵੀ ਕਾਲਜ ਹੈ ਇੰਨੇ ਬੱਚੇ ਹੀ ਬੁਲਾ ਸਕਦਾ ਜਿਵੇਂ ਪਹਿਲਾਂ 500-500 700-700 ਬੱਚਾ ਲੈ ਸਕਦਾ ਸੀ ਕਿੰਨੇ ਚ ਹੁਣ ਹਰ ਇੱਕ ਕਾਲਜ ਨੂੰ ਲਿਮਿਟ ਦੇ ਦਿੱਤੀ ਕੋਈ ਕੋਈ ਬੱਚੇ ਨੂੰ ਬੁਲਾ ਸਕਦਾ ਕੋਈ 120 ਨੂੰ ਬੁਲਾ ਸਕਦਾ ਹੈ ਸਾਡੇ ਕੋਲ 150 ਐਪਲ ਹੈਗੀ ਹੈ ਜਨਰਲ ਇਨਟੇਕ ਵਾਸਤੇ ਤੁਸੀਂ ਜਨਰਲ ਇਨਟੇਕ ਚ ਅਪਲਾਈ ਕਰਨਾ ਹੈ ਆਈਐਸ ਕੀਤੀ ਹੈ ਨਹੀਂ ਕੀਤੀ ਪੀਟੀ ਕੀਤੀ ਹੈ ਨਹੀਂ ਕੀਤੀ ਗੈਪ ਹੈ ਤੁਸੀਂ ਅੱਜ ਹੀ ਪ੍ਰੋਸੀਡ ਕਰੋ 1 ਤੋਂ 1.5 ਮਹੀਨੇ ਦੇ ਵਿੱਚ ਤੁਹਾਡਾ ਵੀਜ਼ਾ ਆਊਗਾ ਬਿਲਕੁਲ ਵੀਜ਼ਾ ਤੁਸੀਂ ਲੈ ਸਕਦੇ ਹੋ ਪਰ ਉਸ ਦੇ ਲਈ ਸਹੀ ਜਿਹੜੀ ਕੰਸਲਟੈਂਟ ਹੈ ਜਾਣਕਾਰੀ ਉਸ ਦੀ ਹੋਣੀ ਬਹੁਤ ਜ਼ਰੂਰੀ ਹੈ ਇਸ ਦੀ ਕੰਸਲਟੈਂਟ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ ਸਾਈਪ੍ਰਸ ਦੀ ਆਪਾਂ ਗੱਲ ਕਰ ਰਹੇ ਹਾਂ ਸਿੰਗਾਪੁਰ ਦੀ ਗੱਲ ਕਰ ਰਹੇ ਹਾਂ ਆਪਾਂ ਜੀ ਸਾਈਪ੍ਰਸ ਤੇ ਸਟੱਡੀ ਦੀ ਗੱਲ ਕਰੀਏ ਕਿੰਨੀ ਕਿਸ ਤਰ੍ਹਾਂ ਦੀ ਸਟੱਡੀ ਹੈ ਔਰ ਸਟੱਡੀ ਦੇ ਨਾਲ ਕਿੰਨਾ ਸਮਾਂ ਕੰਮ ਕੀਤਾ ਜਾ ਸਕਦਾ ਯਾਨੀ ਕਿ ਇਨਕਮ ਕਿੰਨੀ ਹੋ ਸਕਦੀ ਹੈ ਉੱਥੇ ਸਾਈਪ੍ਰਸ ਦੇ ਵਿੱਚ ਜੇ ਆਪਾਂ ਸਟੱਡੀ ਦੀ ਗੱਲ ਕਰੀਏ ਬੇਸਿਕਲੀ ਉੱਥੇ ਬੈਚਲਰ ਤੇ ਮਾਸਟਰ ਕੋਰਸਿਸ ਮਿਲਦੇ ਨੇ ਤੁਸੀਂ ਐਮਬੀਏ ਕਰਨੀ ਹੈ ਬੀਬੀਏ ਕਰਨੀ ਹੈ ਹੋਸਪਿਟੈਲਿਟੀ ਕੋਰਸਿਸ ਹੈਗੇ ਨੇ ਉਸ ਤੋਂ ਦੇ ਨਾਲ ਨਾਲ ਅਕਾਊਂਟਿੰਗ ਕੋਰਸ ਦੀ ਗੱਲ ਇਕਨੋਮਿਕਸ ਸਾਰੇ ਆ ਜਾਂਦੇ ਕੋਰਸਿਸ ਨੇ ਤੁਸੀਂ ਸਪੈਸ਼ਲ ਬੀਟੈਕ ਲੈਣੀ ਹੈ ਬੀਟੈਕ ਦੇ ਕੋਰਸਿਸ ਹੈਗੇ ਕਿਉਂਕਿ ਜਦੋਂ ਤੁਹਾਨੂੰ ਦੱਸਿਆ ਨਾ ਆਪਾਂ ਯੂਨੀਵਰਸਿਟੀ ਦੇ ਵਿੱਚ ਡੀਲ ਕਰਦੇ ਆ ਤੇ ਯੂਕਲੈਂਡ ਯੂਨੀਵਰਸਿਟੀ ਉਹ ਯੂਨੀਵਰਸਿਟੀ ਹੈ ਜਿਹੜੀ ਯੂਕੇ ਬੇਸਡ ਯੂਨੀਵਰਸਿਟੀ ਹੈ ਯੂਕੇ ਚ ਯੂਨੀਵਰਸਿਟੀ ਯੂਕਲੈਂਡ ਉਹਦਾ ਹੀ ਕੈਂਪਸ ਹੈ ਸਾਈਪ੍ਰਸ ਦੇ ਵਿੱਚ ਉਸ ਯੂਨੀਵਰਸਿਟੀ ਚ ਤੁਸੀਂ ਜਾਂਦੇ ਹੋ ਫਰਸਟ ਈਅਰ ਉੱਤੇ ਸਟੱਡੀ ਕਰਕੇ ਸੈਕਿੰਡ ਈਅਰ ਤੁਸੀਂ ਯੂਕੇ ਸਟੱਡੀ ਕਰ ਸਕਦੇ ਹੋ ਸਭ ਤੋਂ ਮੇਨ ਚੀਜ਼ ਉਹਦੇ ਨਾਲ ਨਾਲ ਹਰ ਇੱਕ ਕੋਰਸਿਸ ਇਵਨ ਟੈਕਨੀਕਲ ਕੋਰਸਿਸ ਕੰਪਿਊਟਰ ਕੋਰਸਿਸ ਹੈਲਥ ਕੋਰਸਿਸ ਬਿਜ਼ਨਸ ਕੋਰਸਿਸ ਸਪੈਸ਼ਲ ਕੈਟਾਗਰੀ ਕੋਰਸਿਸ ਸਾਰੇ ਕੋਰਸਿਸ ਅਵੇਲੇਬਲ ਹੈਗੇ ਨੇ ਉਹਦੇ ਵਿੱਚ ਤੇ ਕੰਮ ਦੀ ਗੱਲ ਕਰਦੇ ਆ ਸਾਈਪ੍ਰਸ ਦੇ ਵਿੱਚ ਕੰਮ ਨੂੰ ਕੋਈ ਵੀ ਪਾਬੰਦੀ ਨਹੀਂ ਹੈਗੀ ਡਿਊਰਿੰਗ ਸਟੱਡੀ ਤੁਸੀਂ ਜਦੋਂ ਤੁਹਾਨੂੰ ਪਿੰਕ ਸਲਿਪ ਮਿਲ ਜਾਂਦੀ ਤੁਸੀਂ ਫੁੱਲ ਟਾਈਮ ਵਰਕ ਵੀ ਕਰ ਸਕਦੇ ਹੋ ਤੇ ਬੇਸਿਕ ਉੱਥੇ ਇੱਕ ਜਿਹੜੀ ਆਪਾਂ ਕਹਿੰਦੇ ਇਨਕਮ 1500 ਯੂਰੋ ਦੇ ਆਸ-ਪਾਸ ਇੱਕ ਸਟੂਡੈਂਟ ਉੱਥੇ ਅਰਨ ਕਰ ਲੈਂਦਾ ਹੈ ਜਿੰਦੇ ਵਿੱਚ ਉਹਦਾ ਖਰਚੇ ਦੀ ਗੱਲ ਹੈ 250 ਤੋਂ 300 ਯੂਰੋ ਪਰ ਮੰਥ ਦਾ ਉਹਦਾ ਅਕੋਮੋਡੇਸ਼ਨ ਫੂਡ ਪਲੱਸ ਟ੍ਰੈਵਲ ਐਕਸਪੈਂਸ ਹੁੰਦਾ ਹੁੰਦਾ ਬਿਲਕੁਲ ਸਾਈਪ੍ਰਸ ਦੇ ਬਹੁਤ ਵਧੀਆ ਆਪਸ਼ਨ ਹੈ ਤੁਸੀਂ ਕੰਮ ਵੀ ਕਰ ਸਕਦੇ ਹੋ ਸਟੱਡੀ ਬਹੁਤ ਵਧੀਆ ਹੈ ਕੰਟਰੀ ਉਸਕੇ ਜਿਹੜੇ ਬੱਚੇ ਆਈਲੈਂਡਸ ਨਹੀਂ ਕਰ ਪਾ ਰਹੇ ਸਟੱਡੀ ਦੇ ਗੈਪ ਹੈ 4.5 ਘੰਟਾ ਤੋਂ ਨਾਰਮਲ ਤੁਸੀਂ ਛੋਟਾ ਦਾ ਲੈ ਲਵੋਗੇ ਭਾਈ ਨੇ ਕਿਹਾ ਫਿਰ ਤੁਸੀਂ ਵਹੀ ਸਕੋਰ ਤੁਹਾਡੇ ਚਾਹੀਦੇ ਨੇ ਪੀਟ ਦੇ ਵਿੱਚ ਤੁਸੀਂ ਸਾਈਪ੍ਰਸ ਸਟੱਡੀ ਕਰ ਸਕਦੇ ਹੋ ਔਰ ਸਟੱਡੀ ਦੇ ਨਾਲ ਨਾਲ ਹੋਰ ਬਹੁਤ ਸਾਰੇ ਆਪਸ਼ਨ ਤੁਹਾਨੂੰ ਮਿਲ ਜਾਣੇ ਆ ਉੱਥੋਂ ਤੁਸੀਂ ਸਾਈਪ੍ਰਸ ਤੋਂ ਯੂਕੇ ਵੀ ਜਾਇਆ ਜਾ ਸਕਦਾ ਜਿਵੇਂ ਹੁਣੇ ਅਮਨ ਜੀ ਨੇ ਕਿਹਾ ਕਿ ਕਈ ਵਾਰੀ ਥੋੜੀ ਆਵਾਜ਼ ਚ ਪ੍ਰੋਬਲਮ ਆ ਰਹੀ ਹੈ ਮੈਂ ਤੁਹਾਨੂੰ ਇੱਕ ਵਾਰੀ ਰਿਪੀਟ ਕਰ ਦੇਣਾ ਕਿ ਜਿਹੜੇ ਵੀ ਬੱਚੇ ਸਾਈਪ੍ਰਸ ਸਟੱਡੀ ਕਰਨਾ ਚਾਹੁੰਦੇ ਨੇ ਉਹ ਪਾਥਵੇ ਪ੍ਰੋਗਰਾਮ ਰਾਹੀਂ ਯੂਕੇ ਜਾ ਸਕਦੇ ਆ ਯਾਨੀ ਕਿ ਯੂਕੇ ਦਾ ਕਾਲਜ ਹੈ ਜਿਹੜਾ ਯੂਨੀਵਰਸਿਟੀ
ਉਹਨਾਂ ਦਾ ਜਿਹੜਾ ਕੈਂਪਸ ਹੈ ਸਾਈਪ੍ਰਸ ਦੇ ਵਿੱਚ ਹੈ, ਉੱਥੇ ਤੁਸੀਂ ਸਾਲ ਪੜ੍ਹ ਕੇ ਨੈਕਸਟ ਈਅਰ ਤੁਸੀਂ ਯੂਕੇ ਦੇ ਵਿੱਚ ਵੀ ਪੜ੍ਹ ਸਕਦੇ ਹੋ। ਖਰਚਾ ਵੀ ਮੈਨੂੰ ਲੱਗਦਾ ਹੈ ਯੂਕੇ ਦੇ ਮੁਕਾਬਲੇ ਕਾਫੀ ਘੱਟ ਖਰਚਾ ਇੱਥੇ ਭਾਜੀ ਹੋਊਗਾ ਸਾਈਪ੍ਰਸ ਦੇ ਵਿੱਚ। ਯੂਕੇ ਤੋਂ ਹਾਫ ਖਰਚਾ ਹੈ, ਯੂਕੇ ਦੇ ਵਿੱਚ ਜਿਹੜੀ ਟਿਊਸ਼ਨ ਫੀਸ ਹੈ ਬੱਚੇ ਦੀ ਯੂਕਲੈਨ ਯੂਨੀਵਰਸਿਟੀ ਦੀ 14,000 ਪਾਉਂਡ ਹੈ, ਤੇ ਸਾਈਪ੍ਰਸ ਦੇ ਵਿੱਚ ਜਿਹੜੀ ਇੱਕ ਸਾਲ ਦੀ ਯੂਕਲੈਨ ਦੀ ਟਿਊਸ਼ਨ ਫੀਸ 7,000 ਤੋਂ ਲੈ ਕੇ 7,500 ਯੂਰੋ ਹੈ। ਇੱਕ ਤਾਂ ਯੂਰੋ ਤੇ ਪਾਉਂਡ ਚ ਫਰਕ ਆ ਗਿਆ ਤੇ ਸਿੱਧੀ ਹਾਫ ਫੀਸ ਹੋ ਗਈ।